आकाशवाणी खबरें शिवसुरी कोला गरीबें लें बनी दी सरकार दी खास नई मोर्चा से एक क्रांति ये आके प्रतिनिधि श्री नरेंद्र मोदी और रक्षा मंत्री राजनाथ सिंह ने राजनयिक द्वितीय शंघाई सहयोग संगठन के अंदर होते प्रेस दुबकी बैठक लगभग आंध्र कर्नाटक असेंबली चुनाव में वरिष्ठ भारतीय जनता पार्टी नेता प्रधानमंत्री नरेंद्र मोदी अच्छे वर्चुअल ढंगे को लखी कार्यकर्ता तो कावेरी अभियान तहत संघर्षग्रस्त सूडान सौ भारतीय उत्तराखंड च श्री बद्रीनाथ धाम के कपाठ अली ਉਨ ਖਬਰ ਦੀ ਤਫਸੀਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਰਿਆਂ ਆਖਿਆ ਜੇ ਸਰਕਾਰ ਮੁਲਖੇ ਦੇ ਗਰੀਬੇਂ ਕੀ ਉਬੜਾ ਚੁਕਨੇ ਬਕੀ ਕੰਮ ਕਰਾਰ ਦਿਆ ਹੈ ਉਹਨੇ ਆਖਿਆ ਜੇ ਸਰਕਾਰ ਆਸਿਆ ਖਾਸ ਗਰੀਬੇ ਲਈ ਬਣਾਈ ਦੀ ਯੋਜਨਾਏ ਮੁਲਖਾ ਚ ਇੱਕ ਕ੍ਰਾਂਤੀ ਆਨੀ ਦਿੱਤੀ ਹੈ ਸ਼੍ਰੀ ਮੋਦੀਓ ਨਵੀਂ ਦਿੱਲੀ ਚ ਇੱਕ ਨਿਜੀ ਟੀਵੀ ਚੈਨਲ ਆਸਿਆ ਆਯੋਜਿਤਿਕ ਸੰਮੇਲਨ ਚ ਸੰਬੋਧਿਤ ਕਰਾਰ ਦੇਹੇ ਵਿਦਨ ਮੰਤਰੀ ਹੋਰੇ ਆਖਿਆ ਜਿਸ ਸਰਕਾਰ ਮੁਲਖੇ ਦੇ ਗਰੀਬ ਲੋਕੇ ਕੀ ਸੁਰੱਖਿਆ ਤੇ ਮਾਨੇ ਕਰਨੇ ਜੀਨ ਜੀਨੇ ਬਖੀ ਕੰਮ ਕਰਾਰ ਦੀ ਹੈ ਹੁਨੇ ਪਿਛਲੇ 9 ਬਰੇ ਦਾ ਜ਼ਿਕਰ ਕੀਤਾ ਜੇ ਗਰੀਬ ਦਬੋਏ ਲਤੜੋਏ ਦੇ ਲੋਕ ਮਦਮ ਵਰਗ ਤੇ ਸਮਾਜ ਦੇ ਹਰ ਵਰਗ ਕੀ ਆਪਣੇ ਜੀਵਨ ਚ ਕਿਸ਼ ਬਦਲਾਵ ਲੱਭਰਦਾ ਹੋਗ ਸ਼੍ਰੀ ਮੋਦੀ ਹੋਰਿਆ ਆਖਿਆ ਜੇ ਜਿਹੜੇ ਲੋਕੀਂ ਗੀ ਇਹ ਮਹਿਸੂਸ ਕਰਾਇਆ ਜਾਂਦਾ ਹਾ ਜੇ ਉਹ ਮੁਲਕੇ ਉੱਪਰ ਪਾਰਨ ਉਹ ਵੀ ਉਨ ਮੁਲਕੇ ਦੇ ਵਿਕਾਸ ਚ ਯੋਗਦਾਨ ਦੇ ਆਰ ਦੇਣਾ ਤੇ ਉਹ ਅਜ ਤਰੱਕੀ ਤਰੀਕੇ ਵਾਲੀ ਪੁੱਜ ਤੇ ਮਿਸ਼ਨ ਮੋੜਦਾ ਤੱਕ ਕੰਮ ਕਰਾਰ ਦੇਣਾ ਪ੍ਰਧਾਨ ਮੰਤਰੀ ਹੋਰਿਆ ਆਖਿਆ ਜੇ ਬਦਲਾਵ ਉਹ ਜ਼ਮੀਨੀ ਸਤਾ ਪਰ ਲੱਭਾਰਦਾ ਹੈ ਉਹਨੇ ਆਖਿਆ ਜੇ ਜਿਸਲੇ ਵਿਸ਼ਵ ਦੀ ਵੱਡੀ ਅਰਥਵਿਵਸਥਾ ਰੁਕੀ ਗਿਆ ਨਾ ਉਸਲੇ ਭਾਰਤ ਸੰਕਟ ਸ਼ਾਂਭਾਰ ਨਿਕਲੀਏ ਤੇਜ਼ੀਏ ਨੇ ਅੱਗੇ ਵਧਦਾ ਹੈ ਸ਼੍ਰੀ ਮੋਦੀ ਹਰੇ ਆਖਿਆ ਜੇ ਭਾਰਤ ਕੀ 1 ਟ੍ਰਿਲੀਅਨ ਡਾਲਰ ਅਰਥਵਿਵਸਥਾ ਕਰਨੇ ਤਾਂ 60 ਬਰੇ ਲੱਗੇ ਤੇ 2014 ਤੁਹਾਡੀ ਮੁਲਕ 2 ਟ੍ਰਿਲੀਅਨ ਡਾਲਰ ਦੇ ਨਿਸ਼ਾਨੇ ਤੋੜੀ ਪੁੱਜ ਗਿਆ ਤੇ ਹੁਣ ਮੁਲਕ 96 ਬਰੇ ਚ 3.5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣੀ ਗਿਆ रक्षा मंत्री राजनाथ सिंह और शंघाई सहयोग संगठन के मिम्बर मुल्ख दे अपने हमरुतबा कर्मी दिल्ली च दबखी बैठक लांगन बैठक दौरान दबखी रक्षा संबंधी मुद्दे ते और हितें मुद्दे पर भी चर्चा होग बैठक च चीन कजाकिस्तान किर्गिस्तान रूस झान दे, दे रक्षा मंत्री शामिल होंगन ਪਾਰਤ ਨੇ SCO ਚ ਆਲਦੇ ਨਿਗਰਾਨ ਬੈਲਾਰੂਸ ਤੇ ਈਰਾਨ ਕੀ ਵੀ ਸ਼ਾਮਲੋਂ ਨੇ ਦਾ ਸੱਦਾ ਦਿੱਤਾ ਹੈ ਪਾਕਿਸਤਾਨ ਦੇ ਰੱਖਿਆ ਮੰਤਰੀ ਵਰਚਲ ਟੰਗੇ ਨੇ ਇਸ ਬੈਟ ਕਾ ਚ ਸ਼ਾਮਲ ਹੋਣਗਣ ਮੰਤਰੀਔਰ ਖਿੱਤੇ ਚ ਸ਼ਾਂਤੀ ਤੇ ਸੁਰੱਖਿਆ SCO ਚ ਅਤੰਕਵਾਦ ਰੋਧੀ ਪ੍ਰਿਆਸ ਤੇ ਅਸਰਦਾਰ ਬਹੁਪੱਖ ਆਵਾਜ਼ ਸਰਬੰਦੀ ਮੁੱਦੇ ਉੱਪਰ ਚਰਚਾ ਹੋਗ ਪਾਰਤ ਦਾ SCO ਮੈਂਬਰ ਮੁਲਕ ਹੈ ਕਨੇ ਪੁਰਾਣੀ ਸਭਿਅਤਾ ਸਾਂਸਕ੍ਰਿਤਿਕ ਤੇ ਆਧਿਆਤਮਿਕ ਰਿਸ਼ਤਾ ਹੈ ਆਕਾਸ਼ਵਾਣੀ ਆਸਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੇ ਮਨ ਕੀ ਬਾਤ ਕਾਰਜਕ੍ਰਮ ਉੱਪਰ ਇੱਕ ਵਿਸ਼ੇਸ਼ ਸ਼੍ਰੰਖਲਾ ਸ਼ੁਰੂ ਕੀਤੀ ਗਈ ਦੀ ਹੈ ਜਿਹੜੀ ਪ੍ਰਧਾਨ ਮੰਤਰੀ ਹੁੰਦੇ ਮਨ ਕੀ ਬਾਤ ਕਾਰਜਕ੍ਰਮ ਦੇ ਇਸ ਮਹੀਨੇ 100 ਐਪੀਸੋਡ ਪੂਰੇ ਹੋਣ ਦੇ ਸਰਬੰਧਾ ਚ ਚਲਾਈ ਜਾ ਰਹੀ ਹੈ ਇਸ ਸ਼੍ਰੰਖਲਾ ਤਹਿਤ ਇਸ ਵਾਰੀ ਆਪ ਸੁਣ ਚਾਹ ਪ੍ਰਧਾਨ ਮੰਤਰੀ ਹੁੰਦੇ ਆਸਿਆ ਮਨ ਕੀ ਬਾਤ ਦੀ ਉਸ ਕੜੀ ਦਾ ਇੱਕ ਲੋਕਾਂ ਜਨਾਂਸ਼ ਜਿਹਦੇ ਚ ਉਹਨੇ ਅੰਤਰਿਕਸ਼ ਚ ਭਾਰਤ ਦੀ ਤੇਜ਼ੀਆ ਕਰਨੇ ਬਦਦੇ ਕਦਮ ਉੱਪਰ ਵਿਚਾਰ ਸਾਂਝੇ ਕੀਤੇ भारत अज उस मकाम पर आई है जिथे दुनिया भर के मुल्क इसरो के राय अपने उपग्रहें अंतरिक्ष भेजा दे भारत भी उन्हें निराश नहीं करारदा छब्बी जून बीस सौ बई की प्रसारित मन की बात कार्यक्रम प्रधानमंत्री हो सराहना करते हुए आख्या हा युवाओं के लिए आकाश छुना सपनों को साकार करने का पर्याय होता है आज हमारा भारत जब इतने सारे क्षेत्रों में सफलता का आकाश छू रहा है तो आकाश या अंतरिक्ष इससे अछूता कैसे रह सकता है बीते कुछ समय में हमारे देश में स्पेस सेक्टर से जुड़े कई बड़े काम हुए हैं देश की इन्हीं उपलब्धियों में से एक है इन स्पेस नाम की एजेंसी का निर्माण एक ऐसी एजेंसी जो स्पेस सेक्टर में भारत के प्राइवेट सेक्टर के लिए नए अवसरों को प्रमोट कर रही है इस शुरुआत ने हमारे देश के युवाओं को विशेष रूप से आकर्षित किया है एक खबर तो आकाशवाणी आरोप सुनार दे ਕਰਨਾਟਕ ਵਿਧਾਨ ਸਭਾ ਚੋਣਾਂ ਹਾਸਤੇ ਪ੍ਰਚਾਰ ਜ਼ੋਰ ਭਗੜਾਰਦਾ ਹੈ ਬੀਜੇਪੀ ਦੇ ਵરિਸ਼ ਨੇਤਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਾਰਟੀ ਦੇ 50 ਲੱਖ ਕਾਰਜਕਰਤਾਏ ਕੰਨੇ ਵਰਚੁਅਲ ਸੰਵਾਦ ਕਰਗਨ ਬੈਠਕ ਚ ਠੁੰਜਾ ਜਹਰ ਥਮਮ ਮਤੇ ਬੂਥੇ ਥਮਾ ਬਾਜਪਾ ਕਾਰਜਕਰਤਾ ਸ਼ਾਮਲ ਹੋਗਨ ਰਾਜ ਚ 10 ਮਈ ਕੀ ਵੋਟ ਪਾਣੇ ਦਾ ਕੰਮ ਉਨਾ ਹੈ ਪ੍ਰਧਾਨ ਮੰਤਰੀ ਮੋਦੀ ਕਲਤਮਾ ਰਾਜ ਚ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਗਨ ਉਹ ਅਗਲੇ 6 ਮਹੀਨੇ 6 ਦਿਨਾਂ ਦੌਰਾਨ ਚੋਣਵੀਂ ਰਾਜ ਚ ਤਕਰੀਬਨ ਤਕਰੀਬਨ 15 ਜਨ ਸਭਾ ਤੇ ਰੋਡ ਸ਼ੋ ਕਰ ਗਨ ਇਹਦੇ ਅਲਾਵਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕਈ ਵੱਡੇ ਨੇਤਾ ਰਾਜ ਦਾ ਦੌਰਾ ਕਰਾ ਦੇਣ ਤੇ ਸਾਰਵਜਨਿਕ ਰੈਲੀਆਂ ਤੇ ਰੋਡ ਸ਼ੋ ਚ ਹਿੱਸਾ ਲੈ ਦੇਣ ਕਾਂਗਰਸ ਦੇ ਰਾਸ਼ਟਰੀ ਅਧਿਕਾਰੀ ਮਲਿਕਾ ਅਰਜਨ ਖੜਗੇ ਕੱਲ ਬੰਗਲੌਰੂ ਚ ਰੋਡ ਸ਼ੋਅ ਤੇ ਜਨ ਸਭਾ ਕਰਗਨ ਤੋ ਐ ਆਪ ਨੇਤਾ ਸੰਜੀਤ ਸਿੰਘ ਅੱਜ ਪ੍ਰਚਾਰ ਚ ਸ਼ਾਮਲ ਹੋਣਗਣ ਜਿਸਲੇ ਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਰੇ ਪ੍ਰਚਾਰ ਕਰਗਨ ਕਰਨਾਟਕ ਵਿਧਾਨ ਸਭਾ ਚੋਣਾਂ ਚ ਮੌਜੂਦਾ ਭਾਰਤੀ ਜਨਤਾ ਪਾਰਟੀ ਤੇ ਮੁੱਖ ਵਿਪਖਸ਼ੀ ਦਲ ਕਾਂਗਰਸ ਬਸ਼ਕਾਰ ਕੜਾ ਮੁਕਾਬਲਾ ਉਹਨੇ ਦੀ ਮੇਦ ਹੈ ਜਿੱਥੇ ਕਾਂਗਰਸ ਸੱਤਾ ਵਿਰੋਧੀ ਲਹਿਰ ਪੇਠੀ ਦਿਖਾਰਦੀ ਹੈ ਉੱਥੇ ਕਿ ਸੱਤਾ ਚੁਕਾਬਜ਼ ਭਾਜਪਾ ਦੀ ਮੇਦ ਹੈ ਜੇ ਪ੍ਰਧਾਨ ਮੰਤਰੀ ਮੋਦੀ ਹੁੰਦੀ ਲੋਕਪ੍ਰਿਅਤਾ ਤੇ ਤਰੱਕੀ ਬਾਧੇ ਵਾਲੇ ਕੰਮੇ ਕਨੇ ਉਹਨੇ ਦੀ ਮਦਦ ਮਿਲਗ ਜਨਤਾ ਦਲ ਸੈਕੂਲਰ ਵੀ ਆਮ ਆਗਾਮੀ ਚੋਣਾਂ 'ਚ ਮਤਪੂਰਨ ਭੂਮਿਕਾ ਨਿਭਾ ਸਕਦੀ ਹੈ ਆਮ ਆਦਮੀ ਪਾਰਟੀ ਜਿਸ ਨੇ 209 ਨਿਰਵਾਚਨ ਖੇਤਰਾਂ 'ਚ ਉਮੀਦਵਾਰ ਖੜੇ ਰਹੇ ਨੇ ਕਿ ਇਸ ਵਾਰੀ ਕਰਨਾਟਕ 'ਚ ਆਪਣਾ ਖਾਤਾ ਖੋਲਨੇ ਦੇ ਮੇਦ ਹੈ ਕਾਵੇਰੀ ਅਭਿਆਨ ਤਹਿਤ ਸੰਘਰਸ਼ ਕਰਸਤ ਸੂਡਾਨ ਥਮਾ ਕੋਈ 1100 ਭਾਰਤੀਆਂ ਦੀ ਉਤਵਾ क्डाया गया है विश मामले मंत्रालय ने जे कल सूडान थमा थ सौ अठाई भारतीय नागरिकों का छेमा जत्था टूरी पिया है जिस कर हुन तोड़ी युद्ध आले क्षेत्र में भारतीय नौसेना जहजें आईएफ जहाज थमा कुल ग्यारह सौ भारतीय की बचाया है मंत्रालय के प्रवक्ता अरिंद दंबागजी होख्या भारतीय बाई फौज का जहज C130J 128 ਯਾਤਰੀਆਂ ਨੂੰ ਸੂਡਾਨ ਦੇ ਬੰਦਰਗਾਹ ਤੋਂ ਮੱੱਜਦਾ ਲਈ ਜੰਦੀ ਸੰਝਾ ਡੁਵਾਰੀ ਪਰੀ ਪਹਿਲੇ ਕੋਈ 500 ਫਸੇ ਦੇ ਭਾਰਤੀਆਂ ਕੀ ਜੱਦਾ ਲਈ ਦੋ ਬੱਕ ਬੱਕ ਜਥੇ ਚ ਸੂਡਾਨ ਦੇ ਬੰਦਰਗਾਹ ਤੋਂ ਰਵਾਨਾ ਕੀਤਾ ਗਿਆ ਵਿਦੇਸ਼ ਮਾਮਲੇ ਲਈ ਕੇਂਦਰੀ ਰਾਜ ਮੰਤਰੀ ਵੀ ਮੋਰੀਧਰ ਨੋਰੇ ਜਿੱਦਾ ਪੁਜਨੇ ਪਰਿਨਿਪਾਟੀਆਂ ਦਾ ਸਵਾਗਤ ਕੀਤਾ ਕੱਲ 360 ਭਾਰਤੀ ਨਾਗਰਿਕ ਸੂਡਾਨ ਤੋਂ ਸੁਰੱਖਿਤ ਕਢিয়ে ਪਹਿਲੀ ਧਵਾਰੀ ਜਗ੍ਹਾ ਕਾਵੇਰੀ ਅਭਿਆਨ ਤਹਿਤ ਨਵੀਂ ਦਿੱਲੀ ਪਹੁੰਚੇ ਉਤਰਾਖੰਡ ਚ ਸ਼੍ਰੀ ਬਦਰੀਨਾਥ ਧਾਮ ਦੇ ਕਪਾਟ ਅੱਜ ਬੜਲਾ 7:10 ਵਜੇ ਤੱਕ ਪਕਤਿਆਸਤੇ ਖੋਲੀ ਦਿੱਤੇਗੇ ਵੈਦਿਕ ਮੰਤਰ ਉਚਾਰਨ ਦੇ ਚਲਦੇ ਵਿਧੀ ਵਿਵਿਧਾਨ ਕਰਨੇ ਬਦਰੀਨਾਥ ਧਾਮ ਦੇ ਕਪਾਟ ਖੋਲ੍ਹਣ ਦੀ ਪ੍ਰਕਿਰਿਆ ਪੂਰੀ ਹੋਈ ਗਈ ਇਸ ਮੌਕੇ ਪਰ ਮੰਦਰੇ ਕੀ ਗੇਂਦੇ ਦੇ ਫੁੱਲ ਕੰਨੇ ਸ਼ੈਲ ਸਨਾਕੜਾ ਟੰਗੇ ਨੇ ਸਜਾਇਆ ਗਿਆ ਦਾ ਹ ਮੰਦਰ ਤੇ ਪੁਜਾਰੀਆਂ ਸ਼ੁਰੂਆਤੀ ਪੂਜਾ ਅਰਚਨਾ ਸੰਪੰਨ ਕੀਤੀ ਕਪਾਟ ਖੋਲੇ ਜਾਣੇ ਤੋਂ ਪਹਿਲੇ ਬਦਰੀਨਾਥ ਧਾਮ ਚ ਬਰਫਬਾਰੀ ਵੀ ਸ਼ੁਰੂ ਹੋਈ ਗਈ ਇਸ ਦਰਨ ਪਾਰੀ ਗਿੰਤਰੀ ਚ ਸ਼ਰਧਾਲੂ ਭਗਵਾਨ ਬਦਰੀਨਾਥ ਦੇ ਦਰਸ਼ਨੇ ਤੇ ਪੂਜਨ ਆਸਤੇ ਉਥੇ ਪੁੱਜੇ ਨਾ ਕਲ ਮੰਦਰ ਦੇ ਪੁਜਾਰੀ 라ਵਲ ਜੀ ਉੰਦੀ ਅਗਵਾਈ ਚ ਸ਼ੰਕਰਾਚਾਰ્ય ਗੱਦੀ ਉੱਦਵ ਭਗਵਾਨ ਕੁਬੇਰ ਗਾੜੂ ਗੜਾ ਤੇ ਤੇਲ ਕਲਸ਼ਗੀ ਪਾਂਡੁਕੇਸ਼ਵਰ ਥਮਾ ਬਦਰੀਨਾਥ ਆਂਦਾ ਗਿਆ ਉਨ ਉਤਰਾਖੰਡ ਚ ਚਾਰਿਤਾ ਮਿਤ ਕਪਾੜ ਤੀਰਥ ਯਾਤਰੀਆਂ ਵਾਸਤੇ ਖੁੱਲ ਹੀ ਚੁਕੇ ਦੇਨਾ ਗੰਗੋਤਰੀ ਤੇ ਜਮਨੋਤਰੀ ਧਾਮ ਦੇ ਕਪਾਟ 22 ਅਪ੍ਰੈਲ ਕੀ ਅਕਸ਼ੇ ਤ੍ਰਿਤਿਆ ਦੇ ਮੌਕੇ ਪਰ ਖੋਲੇਗੇ ਜਿਸ ਲਈ ਕਿ ਕੀਦਰਨਾਥ ਧਾਮ ਦੇ ਕਪਾਟ 25 ਅਪ੍ਰੈਲ ਕੀ ਖੋਲੇਗੇ ਪ੍ਰਸ਼ਾਸਨ ਨੇ ਬਦਰੀਨਾਥ ਧਾਮ ਸਨੇ ਚੌਨੇ ਧਾਮ ਦੀ ਯਾਤਰਾ ਪਰ ਆਉਣ ਵਾਲੇ ਤੀਰਥ ਯਾਤਰੂਆਂ ਦੀ ਸੁਵਿਧਾ ਲਈ ਲੋਚ ਦੀ ਵਿਵਸਥਾ ਕੀਤੀ ਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਅੱਜ ਗੁਜਰਾਤ ਚ ਵੀਡੀਓ ਕਾਨਫਰੈਂਸਿੰਗ ਦੇ ਰਾਏ ਪ੍ਰੌਦਯੋਗਿਕੀ ਦੇ ਇਸਤੇਮਾਲ ਰਾਏ ਸ਼ਿਕਾਇਤਾਂ ਉੱਪਰ ਰਾਜ ਵਿਆਪੀ ਧਿਆਨ ਸਵਾਗਤ ਪਹਿਲ ਕਦਮੀ ਦੀ 20ਵੀਂ ਬਰਸੀ ਚ ਇਸਾ ਲੈਂਗਨ ਇਸ ਦੌਰਾਨ ਸ਼੍ਰੀ ਮੋਦੀ ਔਰ ਇਸ ਯੋਜਨਾ ਦੇ ਪਿਛਲੇ ਲਾਭਾਰਥੀਆਂ ਕੰਨੇ ਵੀ ਗੱਲਬਾਤ ਕਰਗਨ ਗੁਜਰਾਤ ਸਰਕਾਰ ਸਵਾਗਤ ਸਪਤਾ ਮਨਾ ਰਹੀ ਹੈ ਇਹ ਯੋਜਨਾ ਪ੍ਰਧਾਨ ਮੰਤਰੀ ਮੋਦੀ ਔਰ ਅਪ੍ਰੈਲ 2023 ਚ ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ਉੱਪਰ ਆਪਣੇ ਕਾਰਜਕਾਲ ਦੌਰਾਨ ਸ਼ੁਰੂ ਕੀਤੀ ਸੀ पड़ती ने बनी दी सरकार दी खास योजनाएं च एक क्रांति आनी है मोदी रक्षा मंत्री राजनाथ सिंह और अमी दिल्ली च शंघाई सहयोग संगठन के बिंबर मुल्कें दे अपने दबकी बैठक लागन और वरिष्ठ भारतीय जनता पार्टी नेता प्रधानमंत्री नरेंद्र मोदी और अज वर्चुअल ढंगे ने ਪਾਰਟੀ ਕਾਰਕਰਤਾ ਕੰਨੇ ਗੱਲਬਾਤ ਕਰਗਨ ਕਾਵੇਰੀ ਅਭਿਆਨ ਤਹਿਤ ਸੰਘਰਸ਼ ਗ੍ਰਸਤ ਸੂਰਾਂ ਥਮਾ ਕੋਈ 1100 ਪਾਰਟੀ ਨਾਲ ਨਿਕੇਗੀ ਕੱਢਿਆ ਗਿਆ ਹੈ ਤੇ ਉਤਰਾਖੰਡ ਚ ਫਕਤੇ ਨੇ ਪਵਿੱਤਰ ਸ਼੍ਰੀ ਬਦਰੀਨਾਥ ਦਾ ਇੱਕ ਪਾਠ ਅੱਜ ਬੜਲੇ ਖੁੱਲੀ ਗਏ ਇਸ ਬਿਲੇ ਦੇ ਬੁਲੇਟਿਨ ਚ ਬਸੇ ਨਾ ਗਏ